ਬਹੁਤ ਸਾਰੇ ਸਟੂਡੈਂਟ ਦੀ ਇਹ ਕਾਮਨ ਪ੍ਰੋਬਲਮ ਹੁੰਦੀ ਹੈ ਕਿ ਜਦੋਂ ਪੜ੍ਹਦੇ ਹੈ ਤਾਂ ਉਹਨਾਂ ਨੂੰ ਨੀਂਦ ਆਉਣ ਲੱਗ ਪੈਂਦੀ ਹੈ। ਜੇ ਤੁਹਾਡੀ ਵੀ ਇਹ ਪ੍ਰੋਬਲਮ ਹੈ ਤਾਂ ਮੈਂ ਤੁਹਾਨੂੰ ਅੱਜ ਕੁਛ ਜ਼ਰੂਰੀ ਟਿਪਸ ਦੱਸਣ ਜਾ ਰਿਹਾ ਜਿਨ੍ਹਾਂ ਨੂੰ ਅਪਲਾਈ ਕਰਨ ਤੋਂ ਬਾਅਦ ਤੁਹਾਨੂੰ ਪੜ੍ਹਦੇ ਹੋਏ ਬਿਲਕੁਲ ਨੀਂਦ ਨਹੀਂ ਆਊਗੀ। ਜੇ ਹੁਣ ਗੱਲ ਕਰੀਏ ਇਹਨਾਂ ਟਿਪਸ ਦੀ ਤਾਂ ਇਹ ਬਿਲਕੁਲ ਹੀ ਸਿੰਪਲ ਨੇ। ਇਹਨਾਂ ਵਿੱਚੋਂ ਪਹਿਲੀ ਟਿਪ ਇਹ ਹੈ ਕਿ ਜਦੋਂ ਤੁਸੀਂ ਪੜ੍ਹੋ ਤਾਂ ਕਦੀ ਲੇਟ ਕੇ ਨਾ ਪੜ੍ਹੋ। ਜਦੋਂ ਤੁਸੀਂ ਲੇਟ ਕੇ ਪੜ੍ਹੋਗੇ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਨੀਂਦ ਆਉਣ ਤੋਂ ਰੋਕ ਨਹੀਂ ਸਕਦੀ। ਇਸ ਲਈ ਟੇਬਲ ਤੇ ਚੇਅਰ ਤੇ ਬੈਠ ਕੇ ਪੜ੍ਹੋ। ਜੇ ਠੰਡ ਦਾ ਮੌਸਮ ਹੈ ਤਾਂ ਗਰਮ ਕੱਪੜੇ ਪਾ ਕੇ ਜਾਂ ਬਲੈਂਕਟ ਲਪੇਟ ਕੇ ਬੈਠ ਜਾਓ, ਪਰ ਹਮੇਸ਼ਾ ਬੈਠ ਕੇ ਪੜ੍ਹੋ, ਲੇਟ ਕੇ ਨਹੀਂ। ਦੂਸਰੀ ਸਿੰਪਲ ਟਿਪ ਇਹ ਹੈ ਕਿ ਪੜ੍ਹਦੇ ਟਾਈਮ 20-25 ਮਿੰਟ ਦੇ ਗੈਪ ਤੇ ਪਾਣੀ ਪੀਂਦੇ ਰਹੋ। ਪਾਣੀ ਪੀਣ ਨਾਲ ਤੁਹਾਡਾ ਬ੍ਰੇਨ ਐਕਟਿਵ ਰਹੂਗਾ ਤੇ ਫਿਰ ਤੁਹਾਨੂੰ ਨੀਂਦ ਘੱਟ ਆਊਗੀ। ਨਾਲੇ ਜ਼ਿਆਦਾ ਵਾਰ ਪਾਣੀ ਪੀਣ ਨਾਲ ਤੁਹਾਨੂੰ ਜ਼ਿਆਦਾ ਵਾਰ ਬਾਥਰੂਮ ਵੀ ਜਾਣਾ ਪਊਗਾ, ਜੋ ਨੀਂਦ ਨੂੰ ਦੂਰ ਰੱਖਣ ਦਾ ਇੱਕ ਵੱਡਾ ਜ਼ਰੀਆ ਹੋ ਸਕਦਾ ਹੈ। ਤੀਸਰੀ ਈਜ਼ੀ ਟਿਪ ਇਹ ਹੈ ਕਿ ਜਦੋਂ ਤੁਹਾਨੂੰ ਨੀਂਦ ਆਉਣ ਲੱਗ ਪਵੇ ਤਾਂ ਉੱਠ ਕੇ ਥੋੜ੍ਹੀ ਦੇਰ ਚੱਲ ਫਿਰ ਕੇ ਪੜ੍ਹ ਲਓ, ਜਿਸ ਨਾਲ ਤੁਹਾਡੀ ਨੀਂਦ ਖੁੱਲ ਜਾਊਗੀ ਤੇ ਫਿਰ ਤੁਸੀਂ ਦੁਬਾਰਾ ਬੈਠ ਕੇ ਪੜ੍ਹਾਈ ਵਿੱਚ ਜੁਟ ਸਕਦੇ ਹੋ। ਜੇ ਤੁਸੀਂ ਇਹਨਾਂ ਤਿੰਨਾਂ ਟਿਪਸ ਨੂੰ ਫੋਲੋ ਕਰੋਗੇ ਤਾਂ ਤੁਹਾਨੂੰ ਪੜ੍ਹਦੇ ਟਾਈਮ ਬਿਲਕੁਲ ਨੀਂਦ ਨਹੀਂ ਆਊਗੀ ਤੇ ਤੁਸੀਂ ਜ਼ਿਆਦਾ ਪੜ੍ਹ ਪਾਓਗੇ। ਸੋ ਇਹ ਸੀ ਅੱਜ ਦਾ ਕੁਇਕ ਮਾਰਨਿੰਗ ਲੈਸਨ। ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਇਹਨਾਂ ਟਿਪਸ ਨੂੰ ਫੋਲੋ ਕਰੋਗੇ ਜਾਂ ਨਹੀਂ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਜ਼ਰੂਰ ਦੱਬ ਦਿਓ, ਕਿਉਂਕਿ ਇਸ ਤਰ੍ਹਾਂ ਦੇ ਸਕਸੈਸ ਟਿਪ ਡੇਲੀ ਇਸ ਚੈਨਲ ਤੇ ਮਾਰਨਿੰਗ ਵਿੱਚ ਅਪਲੋਡ ਹੁੰਦੇ ਹੈ। ਪੋਜ਼ਿਟਿਵਿਟੀ ਦਾ ਲੈਵਲ ਹੋਰ ਜ਼ਿਆਦਾ ਵਧਾਉਣ ਵਾਸਤੇ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਵੀ ਕਰ ਸਕਦੇ ਹੋ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਊਗਾ। ਆਪਣੀ ਮਿਲੀਅਨ ਡਾਲਰ ਮਾਰਨਿੰਗ ਦਾ ਕੁਝ ਸਮਾਂ ਸਾਡੇ ਨਾਲ ਬਿਤਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਗੁੱਡ ਬਾਏ ਐਂਡ ਹੈਵ ਏ ਪ੍ਰੋਡਕਟਿਵ ਡੇ।